ਇੱਥੇ ਅਖੇ ਜੀ ਛੱਪ ਜਾਂਦੇ ਐ ਇੱਧਰ ਸੰਸਕਾਰ ਕਰ ਦਿੱਤਾ ਜਾਂਦਾ ਐ ਇਹ ਕਿੱਡਾ ਵੱਡਾ ਇਲਜ਼ਾਮ ਐ ਜਿਹੜਾ ਇੱਕ ਸਿੱਖ ਪ੍ਰਚਾਰਕ ਦੇ ਉੱਤੇ ਜਿਨੇ 22 ਸਾਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕੀਤਾ ਐ ਲੱਖਾਂ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਐ ਇਦਾਂ ਦੇ ਬੰਦੇ ਅੱਗ ਲਾ ਦਿੰਦੇ ਐ ਪੜਿਆ ਲਿਖਿਆ ਐ ਇੰਗਲਿਸ਼ ਦੇ ਸ਼ਬਦ ਵਰਤਦਾ ਐ ਬਹੁਤ ਸਾਰੇ ਸਾਡੇ ਬੁੱਧੀਜੀਵੀਆਂ ਦੀ ਭਾਸ਼ਾ ਐ ਇਹ ਬੋਲਦਾ ਐ ਤੁਹਾਨੂੰ ਤਾਂ ਪਾੜਾ ਪਤਾ ਹੋਣਾ ਚਾਹੀਦਾ ਸੀ ਤੁਸੀਂ ਜਿਹੜੀ ਅਧਿਆਤਮ ਨੂੰ ਮਨੁੱਖੀ ਬੁੱਧੀ ਦੇ ਥਰੂ ਐਕਸਪਲੇਨ ਕਰਦੇ ਹਾਂ ਉਹਨਾਂ ਤੁਹਾਡੇ ਬਹੁਤ ਵੀਡੀਓਜ਼ ਪਈਆਂ ਤੁਸੀਂ ਪਲੀਜ਼ ਆਪ ਜਾ ਕੇ ਦੇਖੋ ਅਧਿਆਤਮ ਨੂੰ ਤੇ ਗਿਆਨ ਨੂੰ ਸਿਰਫ ਤੁਸੀਂ ਦਿਮਾਗ ਤੱਕ ਵੀ ਦਿਮਾਗ ਚ ਗਿਆਨ ਗ੍ਰਹਿਣ ਕਰੋ ਇੱਥੋਂ ਤੱਕ ਸੀਮਤ ਕਰਦੇ ਹਾਂ ਗਿਆਨ ਤਾਂ ਆਤਮਾ ਨਾਲ ਸਬੰਧ ਹੁੰਦਾ ਤੇ ਅਧਿਆਤਮ ਦਾ ਸਬੰਧ ਵੀ ਆਤਮਾ ਨਾਲ ਆ ਮੈਂ ਤਾਂ ਕਹਿਣਾ ਚਾਹੁੰਨਾ ਦੀਪ ਸਿੱਧੂ ਨੂੰ ਜਾਂਦੀ ਵਾਰੀ ਵੀਰਾ ਜੇ ਤੇਰੇ ਕੋਲ ਕੋਈ ਸਬੂਤ ਹੈ ਜਿਹਦੇ ਵਿੱਚ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਕਿ ਹੈ ਸ਼ਬਦ ਚੇਤਾ ਰੱਖ ਆਪਣਾ ਤੂੰ ਪਬਲਿਕ ਵਿੱਚ ਖੜ ਕੇ ਇਹ ਗੱਲ ਕਹਿ ਰਿਹਾ ਕਿ ਢੱਡਰੀਆਂ ਵਾਲਾ ਕਹਿੰਦਾ ਗੁਰੂ ਗ੍ਰੰਥ ਸਾਹਿਬ ਇੱਕ ਕਿਤਾਬ ਹੈ ਇਹ ਗੱਲ ਜੇ ਮੈਂ ਬੋਲੀ ਹੈ ਤੇ ਇਹਦਾ ਸਬੂਤ ਲੈ ਕੇ ਆ ਭਰਾਵਾ ਮੈਂ ਇੱਕ ਵਾਰੀ ਇਹ ਵੀ ਗੱਲ ਕਹਿਣਾ ਵੀ ਬੜੇ ਸੰਗਤ ਦੇ ਮਨਾਂ 'ਚ ਜਦੋਂ ਤੁਸੀਂ ਇਹ ਹੈਜੀਆਂ ਗੱਲਾਂ ਕਰਦੇ ਹੋ ਉਦੋਂ ਉਦੋਂ ਦੁੱਖ ਹੁੰਦਾ ਪਰ ਕੋਈ ਕਹਿੰਦਾ ਨਹੀਂ ਤੇ ਮੈਂ ਆ ਕੇ ਇਹ ਗੱਲਾਂ ਛੇੜ ਲੀਆਂ ਉਦੋਂ ਸਰਕਾਰ ਨਾਲ ਵੀ ਲੜਾਂਗੇ ਤੇ ਉਹਨਾਂ ਬੰਦਿਆਂ ਨਾਲ ਵੀ ਲੜਾਂਗੇ ਜਿਹੜੇ ਬੰਦੇ ਸਿਧਾਂਤ ਤੇ ਪਹਿਰਾ ਨਹੀਂ ਦਿੰਦੇ ਸੋ ਸਿਧਾਂਤਕ ਪ੍ਰੋਤਾ ਜਾਰੀ ਰਹੂਗੀ ਸਪਸ਼ਟ ਤੇ ਖੁੱਲੇ ਰੂਪ ਚ ਜਾਰੀ ਰਹੂਗੀ ਦੀਪ ਸਿੱਧੂ ਪਿੰਡ ਚ ਬੋਲੇ ਤੇ ਵਿੱਚ ਬੈਠਾ ਸੁਣੋ ਨੇ ਕਹਿੰਦਾ ਟਡਰੀਆਂ ਵਾਲੇ ਦਾ ਕਤਲ ਕਰੋ ਖਤਮ ਕਰੋ ਓਏ ਕਿਤਾਬ ਖਿੰਦਾ ਓਏ ਗੁਰੂ ਗ੍ਰੰਥ ਸਾਹਿਬ ਨੂੰ ਐਦਾਂ ਬੋਲਦਾ ਦੀਪ ਸਿੱਧੂ ਜਦ ਵੀ ਲਾਈਵ ਆਉਂਦੇ ਨੇ ਤਾਂ ਦਿਲ ਖੋਲ ਕੇ ਗੱਲ ਕਰਦੇ ਨੇ ਕਈ ਸਟੇਟਮੈਂਟਸ ਉਹਨਾਂ ਦੀਆਂ ਐਸੀਆਂ ਹੁੰਦੀਆਂ ਜੋ ਕਾਫੀ ਵਾਇਰਲ ਹੋ ਜਾਂਦੀਆਂ ਹਾਲ ਹੀ ਦੇ ਵਿੱਚ ਦੀਪ ਸਿੱਧੂ ਵੱਲੋਂ ਕੀਤਾ ਜਾ ਰਿਹਾ ਹੈ ਪਿੰਡਾਂ ਦੇ ਵਿੱਚ ਪ੍ਰਚਾਰ ਤੇ ਉਸ ਪ੍ਰਚਾਰ ਦੇ ਵਿੱਚ ਦੀਪ ਸਿੱਧੂ ਦੀ ਇੱਕ ਵੀਡੀਓ ਵਾਇਰਲ ਹੋਈ ਤੇ ਉਹ ਮਾਮਲਾ ਕੀ ਸੀ ਤੇ ਉਹਨਾਂ ਨੇ ਕੀ ਕਿਹਾ ਟੰਡਰੀਆਂ ਵਾਲੇ ਬਾਰੇ ਇਸ ਮਾਮਲੇ ਦੇ ਬਾਰੇ ਟੰਡਰੀਆਂ ਵਾਲੇ ਨੇ ਵੀ ਲਾਈਵ ਆ ਕੇ ਦਿੱਤਾ ਪੂਰਾ ਜਵਾਬ ਆਓ ਤੁਹਾਨੂੰ ਸੁਣਾਉਂਦੇ ਹਾਂ ਕੀ ਕਿਹਾ ਉਹਨਾਂ ਨੇ ਦੋ ਤਿੰਨ ਦਿਨ ਪਹਿਲਾਂ ਦੀਪ ਸਿੱਧੂ ਦੀ ਇੱਕ ਵੀਡੀਓ ਸੁਣੀ ਅਤੇ ਵੇਖੀ ਕਿਸੇ ਗੁਰਦੁਆਰਾ ਸਾਹਿਬ ਵਿੱਚ ਕਿਸੇ ਪਿੰਡ ਦੇ ਵਿੱਚ ਖੜਾ ਹੋ ਕੇ ਦੀਪ ਸਿੱਧੂ ਕਹਿ ਰਿਹਾ ਹੈ ਕਿ ਢੜਰੀਆਂ ਵਾਲਾ ਬਾਬਾ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਕਿਤਾਬ ਕਹਿੰਦਾ ਹੈ ਉਹ ਕਹਿੰਦਾ ਹੈ ਇੱਥੇ ਅਖੇ ਜੀ ਛਪ ਜਾਂਦੇ ਐ ਇਧਰ ਸੰਸਕਾਰ ਕਰ ਦਿੱਤਾ ਜਾਂਦਾ ਏ ਕਿੱਡਾ ਵੱਡਾ ਇਲਜ਼ਾਮ ਹੈ ਜਿਹੜਾ ਇੱਕ ਸਿੱਖ ਪ੍ਰਚਾਰਕ ਦੇ ਉੱਤੇ ਜਿਨੇ 22 ਸਾਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕੀਤਾ ਹੈ ਲੱਖਾਂ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਹੈ ਹਜ਼ਾਰਾਂ ਲੱਖਾਂ ਲੋਕ ਕੀ ਸਹਿਜ ਪਾਠ ਕਰ ਰਹੇ ਐ ਅੰਮ੍ਰਿਤ ਛਕਾਏ ਐ ਇਹ ਇਲਜ਼ਾਮ ਲਾਉਣਾ ਤੇ ਮੈਂ ਮੇਰੇ ਵਾਸਤੇ ਇਹ ਪਹਿਲੀ ਵਾਰੀ ਨਹੀਂ ਇਹ ਇਲਜ਼ਾਮਾਂ ਨੂੰ ਮੈਂ ਪਿਛਲੇ 5 ਸਾਲ ਤੋਂ ਸੁਣ ਰਿਹਾ ਫੇਸ ਕਰ ਰਿਹਾ ਪਰ ਦੁੱਖ ਲੱਗਦਾ ਹੈ ਇਦਾਂ ਦੀਆਂ ਗੱਲਾਂ ਜਦੋਂ ਇਹ ਲੋਕ ਕਰਦੇ ਐ ਕਈ ਵੀਰ ਭਰਾ ਸੋਚਣਗੇ ਕਿ ਸਾਨੂੰ ਐਡੀ ਛੇਤੀ ਕਾਦੇ ਲਈ ਰਿਐਕਟ ਕਰਦੇ ਆਂ ਸੀ ਪਰਵਾਹ ਨਹੀਂ ਕਰਨੀ ਚਾਹੀਦੀ ਪਰ ਵੀਰੋ ਪ੍ਰਵਾਹ ਤਾਂ ਕਰਨੀ ਪੈਂਦੀ ਹੈ ਕਿ ਇਦਾਂ ਦੇ ਬੰਦੇ ਅੱਗ ਲਾ ਦਿੰਦੇ ਐ ਪੜਿਆ ਲਿਖਿਆ ਹੈ ਇੰਗਲਿਸ਼ ਦੇ ਸ਼ਬਦ ਵਰਤਦਾ ਹੈ ਬਹੁਤ ਸਾਰੇ ਸਾਡੇ ਬੁੱਧੀਜੀਵੀਆਂ ਦੀ ਭਾਸ਼ਾ ਹੈ ਇਹ ਬੋਲਦਾ ਹੈ ਉਹ ਵੀ ਇਦਾਂ ਹੀ ਕਰਦੇ ਐ ਗੋਲ ਮੋਲ ਗੱਲ ਕਰਕੇ ਸ਼ਬਦਾਂ ਦਾ ਜਾਲ ਪਾ ਕੇ ਤੇ ਇਦਾਂ ਦਾ ਕੁਝ ਕਰਦੇ ਐ ਜਿਵੇਂ ਇਹ ਕਰਦਾ ਹੈ ਪੜਿਆ ਲਿਖਿਆ ਹੋਣ ਕਰਕੇ ਹੁਣ ਜਦੋਂ ਇਹਨੇ ਗੱਲ ਕਹਿਣੀ ਹੈ ਵੀ ਢੱਡਰੀਆਂ ਵਾਲਾ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਕਹਿੰਦਾ ਕਿੰਨੇ ਕ ਬੰਦੇ ਨੇ ਜਿਹੜੇ ਚੰਗੀ ਤਰ੍ਹਾਂ ਸੁਣਦੇ ਨੇ ਕਿੰਨੇ ਕ ਬੰਦੇ ਨੇ ਜਿਨ੍ਹਾਂ ਨੇ ਸਾਰੇ-ਸਾਰੇ ਦੀਵਾਨ ਸੁਨੇ ਨੇ ਕਈਆਂ ਦੇ ਦਿਮਾਗ ਵਿੱਚ ਕੋਈ ਸਿਰ ਫਿਰਿਆ ਜਦੋਂ ਸੁਨੇਗਾ ਤੇ ਉਹਨੇ ਤੇ ਕਹਿਣਾ ਚੱਕੋ ਬਈ ਬੰਦੂਕ ਚੱਕੋ ਤਾਕੂਏ ਖਤਮ ਕਰੋ ਇਹੋ ਜੇ ਬੰਦਿਆਂ ਨੂੰ ਜਿਹੜੇ ਸਿੱਖੀ ਦੇ ਵਿੱਚ ਗਦਾਰ ਨੇ ਤੇ ਅੱਜ ਇਹਨਾਂ ਦੀਆਂ ਗੱਲਾਂ ਸਾਨੂੰ ਪੰਥ ਦੁਖੀ ਬਣਾਉਂਦੀਆਂ ਸਾਨੂੰ ਗਦਾਰ ਬਣਾਉਂਦੀਆਂ ਇੱਕ ਗੱਲ ਵੀਰੋ ਸਾਨੂੰ ਸਮਝਣ ਵਾਲੀ ਹੈ ਇਥੋਂ ਮੈਂ ਤਜਰਬਾ ਕਰ ਲਿਆ ਵੀ ਸਿੱਖਾਂ ਵਿੱਚ ਜਿਹੜਾ ਬੰਦਾ ਸਿਆਣੀ ਗੱਲ ਕਰਦਾ ਹੈ ਉਹਨਾਂ ਨੂੰ ਇਹ ਗਰਮ ਖਿਆਲੀ ਕਟੜ ਬੰਦੇ ਜਿਹੜੇ ਐ ਇਹ ਪੰਥ ਦੋਖੀ ਕਹਿਣਗੇ ਇੱਕ ਬੰਦਾ ਕਹੇ ਕਿ ਮੈਂ ਗੁਰੂ ਮੈਂ ਜੀ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਮੈਂ ਦਸਮ ਗ੍ਰੰਥ ਨੂੰ ਨਹੀਂ ਮੰਨਦਾ ਉਹਨੂੰ ਇਹ ਪਤਾ ਕੀ ਕਹਿਣਗੇ ਇਹ ਜੀ ਗੁਰੂ ਦੋਖੀ ਐ ਜਿਹੜਾ ਬੰਦਾ ਕਹੇ ਮੈਂ ਸੂਰਜ ਪ੍ਰਕਾਸ਼ ਨੂੰ ਹੋਰ ਗ੍ਰੰਥਾਂ ਨੂੰ ਨਹੀਂ ਮੰਨਦਾ ਮੈਂ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਇਹ ਕਹਿਣਗੇ ਜੀ ਇਹ ਗੁਰੂ ਦੋਖੀ ਐ ਕਮਲਿਓ ਉਹ ਤੇ ਸਭ ਕੋ ਗੁਰੂ ਗ੍ਰੰਥ ਸਭ ਨੂੰ ਮੰਨਦਾ ਹੈ ਤੁਸੀਂ ਉਹਨੂੰ ਕਹਿੰਨੇ ਹੋ ਗੁਰੂ ਦੋਖੀ ਐ ਨਜ਼ਰੀਆ ਵੱਖਰਾ ਹੋ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਨੂੰ ਸਮਝਣ ਦਾ ਤਰੀਕਾ ਵੱਖਰਾ ਹੋ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਨੂੰ ਵੇਖਣ ਦਾ ਐਂਗਲ ਹੋਰ ਹੋ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਨੂੰ ਵੇਖਣ ਦਾ ਪੁਆਇੰਟ ਆਫ View ਵੱਖਰਾ ਹੋ ਸਕਦਾ ਹੈ ਪਰ ਪਿਆਰ ਤੇ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਨਾਲ ਕਰਦੇ ਆ ਪਰ ਇਹਨਾਂ ਨੇ ਹਰ ਗੱਲ ਨੂੰ ਕੱਟ ਵੱਡ ਕਰਕੇ ਮੈਂ ਕਿਹਾ ਪਰਮਾਤਮਾ ਨੂੰ ਮਿਲਣ ਦਾ ਰੱਬ ਨੂੰ ਮਿਲਣ ਦਾ ਗਿਆਨ ਲੈਣ ਦਾ ਆਪਣੇ ਆਪ ਨੂੰ ਸਮਝਣ ਦਾ ਜਦ ਪ੍ਰਮਾਤਮਾ ਸਾਡੇ ਵਿੱਚ ਹੈ ਆਪਣੇ ਆਪ ਨੂੰ ਸਮਝਣ ਦਾ ਜਰੀਆ ਗੁਰੂ ਗ੍ਰੰਥ ਸਾਹਿਬ ਹਨ ਗਿਆਨ ਦੇ ਜਰੀਏ ਬੰਦਾ ਪਹੁੰਚਦਾ ਪਰ ਇਹਨਾਂ ਨੇ ਉਲਟ ਪੁਲਟ ਰੂਪ ਬਣਾ ਕੇ ਉਸ ਗੱਲ ਨੂੰ ਕਿਸ ਤਰ੍ਹਾਂ ਦਾ ਰੂਪ ਪੇਸ਼ ਕੀਤਾ ਸੋ ਮੈਂ ਇੰਨੀ ਕੁ ਬੇਨਤੀ ਸੰਗਤ ਵਿੱਚ ਕਰਨੀ ਚਾਹੁੰਦਾ ਸੀ ਕਿ ਸਾਨੂੰ ਇਹਨਾਂ ਗੱਲਾਂ ਨੂੰ ਜ਼ਰੂਰ ਸਮਝਣਾ ਪੈਣਾ ਹੈ ਕਿ ਇਦਾਂ ਦੇ ਇਲਜ਼ਾਮ ਇਹ ਲੋਕ ਕਿਉਂ ਲਾਉਂਦੇ ਐ ਕਿਉਂਕਿ ਇਹ ਪੜ੍ਹੇ ਲਿਖੇ ਜਿਹੜੇ ਲੋਕ ਨੇ ਇਹ ਆਪ ਤਲਵਾਰਾਂ ਚੱਕ ਕੇ ਨਹੀਂ ਲੜਦੇ ਪਰ ਦਿਮਾਗ ਦੇ ਵਿੱਚ ਜ਼ਹਿਰਾਂ ਜਰੂਰ ਭਰਦੇ ਆ ਦੂਜੇ ਬੰਦਿਆਂ ਦੇ ਦਿਮਾਗ ਵਿੱਚ ਜ਼ਹਿਰਾਂ ਭਰਦੇ ਆ ਪੰਥ ਦੋਖੀ ਕਹਿ ਦਿਓ ਗਦਾਰ ਕਹਿ ਦਿਓ ਕੱਲ ਨੂੰ ਜਦੋਂ ਮਾਰ ਦੇਾਂਗੇ ਮੁੜ ਕੇ ਕਹਿ ਦਿਆਂਗੇ ਜੀ ਇਹ ਤੇ ਜੀ ਗੁਰੂ ਗ੍ਰੰਥ ਸਾਹਿਬਾਰੇ ਗਲਤ ਬੋਲਦਾ ਸੀ ਹੁਣ ਨਾ ਕੋਈ ਚੈੱਕ ਕਰਦਾ ਹੁੰਦਾ ਨਾ ਕਿਸੇ ਨੂੰ ਕੁਝ ਪਤਾ ਲੱਗਦਾ ਹੈ ਅੱਜ ਕੱਲ ਤੇ ਸ਼ੁਕਰ ਕਰਦਾ ਕਿ YouTube ਦਾ ਜ਼ਮਾਨਾ ਹੈ ਨੈੱਟ ਦਾ ਜ਼ਮਾਨਾ ਹੈ ਹਰ ਗੱਲ ਜਿਹੜੀ ਹੈ ਉਹ ਸਾਰਿਆਂ ਦੇ ਸਾਹਮਣੇ ਆ ਜਾਂਦੀ ਹੈ ਹਰ ਗੱਲ ਦਾ ਪ੍ਰੋਪਰ ਪਤਾ ਲੱਗ ਜਾਂਦਾ ਹੈ ਠੀਕ ਕੀ ਹੈ ਗਲਤ ਕੀ ਹੈ ਸਾਡੇ ਬੰਦੇ ਵੀ ਕੁਛ ਛਾਲੇ ਦਿਵਾਲੇ ਸੁਣ ਲੈਂਦੇ ਆ ਉਹਨਾਂ ਨੂੰ ਫਿਰ ਪਤਾ ਲੱਗਦਾ ਵੀ ਇਹ ਬੰਦੇ ਇਲਜ਼ਾਮ ਲਾਉਂਦੇ ਆ ਇੱਕ ਗੱਲ ਵੀਰੋ ਭਰਾਵੋ ਨੋਟ ਕਰਕੇ ਵੇਖੋ ਜਿਉਂਦੇ ਜਾਗਦੇ ਅਸੀਂ ਬੈਠੇ ਆ ਸਾਰਾ ਕੁਝ ਇੰਟਰਨੈਟ ਤੇ ਪਿਆ ਹੈ ਪਰ ਅੱਜ ਜਦੋਂ ਇਹ ਬੰਦੇ ਇਦਾਂ ਦੇ ਇਲਜ਼ਾਮ ਲਾਉਂਦੇ ਆ ਤੇ ਸੋਚ ਕੇ ਵੇਖੋ ਪੁਰਾਣਿਆਂ ਨਾਲ ਇਹਨਾਂ ਨੇ ਕੀ ਕੁਝ ਕੀਤਾ ਹੋਣਾ ਜਦੋਂ ਵੀਡੀਓ ਤੇ ਸਾਰਾ ਕੁਝ YouTube ਵਗੈਰਾ ਹੁੰਦਾ ਹੀ ਨਹੀਂ ਸੀ ਤੇ ਆਮ ਲੋਕਾਂ ਦੇ ਦਿਮਾਗ ਵਿੱਚ ਜ਼ਹਿਰ ਭਰ ਦਿੰਦੇ ਸੀ ਇਹ ਜੀ ਪੰਥ ਦੋਖੀ ਨੇ ਇਹ ਪੰਥ ਦੇ ਵੈਰੀ ਨੇ ਇਹ ਗੁਰੂ ਗ੍ਰੰਥ ਸਾਹਿਬ ਦੇ ਉਲਟ ਚੱਲਦੇ ਨੇ ਸ਼ੁਕਰ ਕਰੋ ਅੱਜ ਸਾਇੰਸ ਦੇ ਅਸੀਂ ਯੁੱਗ ਵਿੱਚ ਹਾਂ ਅੱਜ ਸਾਰਾ ਪਤਾ ਲੱਗ ਜਾਂਦਾ ਦੀਪ ਸਿੱਧੂ ਦਾ ਮੇਰੇ ਤੇ ਇੱਕ ਗਿਲਾ ਹੋ ਸਕਦਾ ਸੀ ਉਹ ਇਹ ਕਿ ਜਿਹੜਾ 25 ਤਰੀਕ ਨੂੰ ਇਹਨਾਂ ਦੇ ਮੈਂ ਹੱਕ ਵਿੱਚ ਨਹੀਂ ਸੀ ਕਿ 25 ਤਰੀਕ ਨੂੰ ਇਹਨਾਂ ਨੇ ਕਿਸਾਨਾਂ ਦਾ ਮੋਰਚਾ ਹਾਈਜੈਕ ਕਰ ਲਿਆ ਸਟੇਜ ਤੇ ਜਾ ਕੇ ਕਬਜ਼ਾ ਕਰ ਲਿਆ ਉਥੇ ਜਾ ਕੇ ਲੈਕਚਰ ਦਿੱਤੇ 26 ਤਰੀਕ ਨੂੰ ਇਹ ਕਹਿੰਦੇ ਸੀ ਅਸੀਂ ਰਿੰਗ ਰੋਡ ਨਹੀਂ ਜਾਣਾ ਉਹਨਾਂ ਦੇ ਫੈਸਲੇ ਤੋਂ ਉਲਟ ਸਾਰਾ ਕੁਝ ਕੀਤਾ ਕਿੰਨੇ ਨੌਜਵਾਨਾਂ ਦੇ ਉੱਤੇ ਕੇਸ ਪੈ ਗਏ ਕਿੰਨੇ ਬੱਚਿਆਂ ਤੇ ਤਸ਼ੱਦਦ ਹੋਇਆ ਅੱਜ ਉਹਨਾਂ ਕਿਸਾਨਾਂ ਦਾ ਮੋਰਚਾ ਤਾਰਪੀਡੋ ਕਰ ਦਿੱਤਾ ਕਿਸਾਨ ਆਗੂਆਂ ਦੇ ਵਿਰੁੱਧ ਲਹਿਰ ਖੜੀ ਕਰਨ ਦੀ ਕੋਸ਼ਿਸ਼ ਕੀਤੀ ਮੈਂ ਕਿਸਾਨੀ ਮੋਰਚੇ ਵਿੱਚ ਭਾਵੇਂ ਨਹੀਂ ਗਿਆ ਪਰ ਕਿਸਾਨਾਂ ਦੇ ਹੱਕ ਵਿੱਚ ਲਗਾਤਾਰ ਸਟੇਟਮੈਂਟਾਂ ਦਿੰਦਾ ਰਿਹਾ ਜਿਵੇਂ ਜਿਵੇਂ ਕਿਸਾਨ ਆਗੂ ਕਹਿੰਦੇ ਰਹੇ ਆ ਮੈਂ ਉਹਨਾਂ ਦੀ ਗੱਲ ਸੁਣ ਕੇ ਸਟੇਟਮੈਂਟਾਂ ਦਿੰਦਾ ਰਿਹਾ ਪਰ ਇਹ ਕਹਿ ਸਕਦਾ ਸੀ ਕਿ ਇਹ ਜਿਹੜਾ 25 26 ਤਰੀਕ ਨੂੰ ਹੋਇਆ ਢੱਡਰੀਆਂ ਵਾਲੇ ਦੇ ਅਸੀਂ ਹੱਕ 'ਚ ਨਹੀਂ ਉਹ ਸਾਡੇ ਸਾਡੇ ਤੋਂ ਉਲਟ ਸੋਚਦਾ ਕਿਉਂਕਿ ਮੈਂ ਉਲਟ ਸੋਚਦਾ ਨੌਜਵਾਨੀ ਦਾ ਘਾਣ ਨਾ ਹੋਵੇ ਉਹਨਾਂ ਤੇ ਕੇਸ ਨਾ ਪੈਣ ਬਗਾਨੇ ਪੁੱਤ ਜੇਲਾਂ 'ਚ ਜਾਂਦੇ ਐ ਬਗਾਨੇ ਪੁੱਤ ਮਰਦੇ ਐ ਉਹਨਾਂ ਦੇ ਨਾਂ ਤੇ ਫਿਰ ਅਗਰਾਈਆਂ ਚੱਲ ਪੈਂਦੀਆਂ ਸਾਡੇ ਵਰਗੇ ਚੋਲਿਆਂ ਵਾਲੇ ਜਿੱਦਣ ਲੋਡ ਪੈਂਦੀ ਐ 300 ਸਰੂਪਾਂ ਦਾ ਹਿਸਾਬ ਲੈਣ ਵਾਸਤੇ ਤੁਰ ਪੈਂਦੇ ਐ ਉਹਦੇ ਲਈ ਅਗਰਾਈਆਂ ਸ਼ੁਰੂ ਉਹ ਗੱਲ ਜੇ ਵਿੱਚੀ ਲਟਕਦੀ ਹੁੰਦੀ ਐ ਦੂਜਾ ਮੋਰਚਾ ਸ਼ੁਰੂ ਹੋ ਜਾਂਦਾ ਹੈ ਦੂਜੇ ਲਈ ਅਗਰਾਈਆਂ ਸ਼ੁਰੂ ਤੀਜਾ ਮੋਰਚਾ ਲਾ ਲਿਆ ਉਹਦੇ ਲਈ ਅਗਰਾਈਆਂ ਸ਼ੁਰੂ ਸਾਡੇ ਵਰਗੇ ਬੰਦਿਆਂ ਨੇ ਇੱਕ ਢੰਗ ਸਮਝ ਲਿਆ ਇੱਕ ਤਰੀਕਾ ਲੱਭ ਰਿਆ ਅਗਰਾਈਆਂ ਕਰਨ ਦਾ ਇਹਟਾ ਡਰੀਆਂ ਵਾਲਾ ਜਿਹੜਾ ਕਿ ਲੋਕਾਂ ਨੂੰ ਟਿਕਾਉਣ ਦੀ ਗੱਲ ਕਰਦਾ ਹੈ ਲੋਕਾਂ ਦੇ ਪੁੱਤ ਮਰਨ ਨਾ ਇਹਦੀ ਗੱਲ ਕਰਦਾ ਮੈਂ ਇਹਦੇ 'ਚ ਕੋਈ ਸ਼ੱਕ ਨਹੀਂ ਡੈਮੋਕ੍ਰੇਸੀ ਅੱਜ ਸਾਡੇ ਜੇ ਡੈਮੋਕ੍ਰੇਸੀ ਹੁੰਦੀ ਜੇ ਮੈਂ ਡੈਮੋਕ੍ਰੇਸੀ ਦੇ ਹੱਕ ਵਿੱਚ ਆ ਸਹਿਮਤ ਆ ਡੈਮੋਕ੍ਰੇਸੀ ਅੱਜ ਇੰਡੀਆ ਦੇ ਵਿੱਚ ਨਹੀਂ ਜੇ ਇੰਡੀਆ 'ਚ ਹੁੰਦੀ ਤੇ ਸ਼ਬੀਲਾਂ ਲਾਉਣ ਵਾਲੇ ਜੇਲ੍ਹ ਵਿੱਚ ਹੁੰਦੇ ਡੈਮੋਕ੍ਰੇਸੀ ਦੇ ਮੈਨੂੰ ਵੀ ਕੋਈ ਉਹਦਾ ਇਨਸਾਫ ਨਹੀਂ ਦਿੱਤਾ ਜੇਲਾ ਵਿੱਚ ਹੋਣੇ ਸੀ ਸ਼ਬੀਲਾਂ ਲਾਉਣ ਵਾਲੇ ਨਹੀਂ ਅੱਜ ਉਹ ਜੇਲਾ ਵਿੱਚ ਗਏ ਪਰ ਮੈਂ ਮੰਨਦਾ ਵੀ ਡੈਮੋਕ੍ਰੇਸੀ ਦਾ ਉੱਥੇ ਘਾਣ ਹੋ ਰਿਹਾ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਜੇ ਅੱਜ ਬੰਦਾ ਸ਼ਬੀਲ ਲਾਏਗਾ ਤੇ ਅਸੀਂ ਵੀ ਸ਼ਬੀਲਾਂ ਲਾਉਣ ਵਾਸਤੇ ਤੁਰ ਪੀਏ ਅਗਲਾ ਬੰਦਾ ਮਾਰਦਾ ਅਸੀਂ ਵੀ ਮਾਰਨ ਤੁਰ ਪੀਏ ਅਗਲਿਆਂ ਕੋਲ ਜਾਦਾ ਵੱਡੇ ਹਥਿਆਰ ਨੇ ਕਿਸਾਨਾਂ ਆਗੂ ਕਹਿੰਦੇ ਰਹੇ ਆ ਉਹਨਾਂ ਦੀਆਂ ਤਾਕਤਾਂ ਬਹੁਤ ਜ਼ਿਆਦਾ ਨੇ ਸਾਨੂੰ ਖਿਆਲ ਰੱਖਣਾ ਪੈਣਾ ਤੇ ਮੈਂ ਵੀ ਹਮੇਸ਼ਾ ਇਹ ਗੱਲ ਕਹੀ ਹੈ ਉਗਰਾਹਾ ਵਰਗਿਆਂ ਨੇ ਲੋਕਾਂ ਨੂੰ ਟਿਕਾਉਣ ਦੀ ਗੱਲ ਕੀਤੀ ਮੈਂ ਸ਼ਾਬਾਸ਼ੇ ਦਿੱਤੀ ਕਿ ਪੰਜਾਬ ਦੀ ਜਵਾਨੀ ਦਾ ਘਾਣ ਨਾ ਕਰਿਓ ਅੱਗੇ ਬਥੇਰਾ ਕੁਝ ਪੰਜਾਬ ਨੇ ਵੇਖਿਆ ਹੁਣ ਖਿਆਲ ਰੱਖਿਓ ਜੇ ਮੈਂ ਅੱਜ ਵੀ ਇਹ ਬੇਨਤੀ ਆਪ ਸੰਗਤਾਂ ਨੂੰ ਕਰਦਾ ਮੇਰੇ ਵਰਗੇ ਨਦੀਪ ਸਿੱਧੂ ਵਰਗੇ ਕਦੇ ਪਸੰਦ ਨਹੀਂ ਕਰਨਗੇ ਸਾਡੇ ਬਹੁਤ ਸਾਰੇ ਅਖੌਤੀ ਵਿਦਵਾਨ ਬੁੱਧੀਜੀਵੀ ਮਿੱਠੀਆਂ ਮਿੱਠੀਆਂ ਗੱਲਾਂ ਸ਼ਬਦਾਂ ਦਾ ਜਾਲ ਇਹੋ ਜਿਹਾ ਸਿੱਟਦੇ ਐ ਕਦੇ ਪਸੰਦ ਨਹੀਂ ਕਰਨਗੇ ਉਹ ਜ਼ਹਿਰ ਲੋਕਾਂ ਦੇ ਦਿਮਾਗ ਵਿੱਚ ਭਰ ਕੇ ਲੋਕਾਂ ਦੇ ਬਗਾਨੇ ਪੁੱਤ ਮਰਵਾਉਂਦੇ ਐ ਟਿਕਾਉਣ ਦੀ ਗੱਲ ਜਿਹੜਾ ਬੰਦਾ ਸ਼ਾਂਤੀ ਦੀ ਗੱਲ ਕਰੇਗਾ ਉਹਦੇ ਵਿਰੁੱਧ ਇਹ ਲਹਿਰ ਖੜੀ ਕਰਨਗੇ ਇਹ ਪੰਥ ਦੋਖੀ ਪੰਥ ਗਦਾਰ ਪੰਥ ਵਿੱਚੋਂ ਛੇਕਣ ਦੀਆਂ ਗੱਲਾਂ ਕਰਨਗੇ ਇਸ ਕਰਕੇ ਭਰਾਵੋ ਇਹ ਮੈਂ ਤਾਂ ਕਹਿਣਾ ਚਾਹੁੰਨਾ ਦੀਪ ਸਿੱਧੂ ਨੂੰ ਜਾਂਦੀ ਵਾਰੀ ਵੀਰਾ ਜੇ ਤੇਰੇ ਕੋਲ ਕੋਈ ਸਬੂਤ ਹੈ ਜਿਹਦੇ ਵਿੱਚ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਕਿਹਾ ਸ਼ਬਦ ਚੇਤਾ ਰੱਖ ਆਪਣਾ ਤੂੰ ਪਬਲਿਕ ਵਿੱਚ ਖੜ ਕੇ ਇਹ ਗੱਲ ਕਹਿ ਰਿਹਾ ਕਿ ਢੱਡਰੀਆਂ ਵਾਲਾ ਕਹਿੰਦਾ ਗੁਰੂ ਗ੍ਰੰਥ ਸਾਹਿਬ ਇੱਕ ਕਿਤਾਬ ਹੈ ਇਹ ਗੱਲ ਜੇ ਮੈਂ ਬੋਲੀ ਹੈ ਤੇ ਇਹਦਾ ਸਬੂਤ ਲੈ ਕੇ ਆ ਭਰਾਵਾ ਇਹ ਗੱਲ ਤੁਸੀਂ ਪਬਲਿਕ ਵਿੱਚ ਕਹਿ ਰਹੇ ਹੋ ਸੋਚ ਕੇ ਵੇਖ ਜੇ ਕੋਈ ਬੰਦਾ ਵਿੱਚ ਬੈਠਾ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਨ ਵਾਲਾ ਹੋਇਆ ਤੇ ਉਹ ਸਿਰਫਰੇ ਨੇ ਤੇ ਹਥਿਆਰ ਚੱਕ ਲੈਣਾ ਉਹਨੇ ਤੇ ਕਹਿਣਾ ਗੋਲੀ ਮਾਰਨੀ ਢੜੀਆਂ ਵਾਲੇ ਦਾ ਟੱਬਰ ਮਾਰਨਾ ਪਰਿਵਾਰ ਮਾਰਨਾ ਇਹਦਾ ਐਦਾਂ ਹੀ ਜ਼ਹਿਰ ਭਰਦੇ ਆ ਤੁਸੀਂ ਸਾਰਿਆਂ ਦੇ ਦਿਮਾਗਾਂ ਵਿੱਚ ਜਿਹੜੀ ਗੱਲ ਹੋਈ ਨਹੀਂ ਕਿਤਾਬ ਸ਼ਬਦ ਕਹਿਣਾ ਗੁਰੂ ਗ੍ਰੰਥ ਸਾਹਿਬ ਪ੍ਰਤੀ ਇੱਕ ਗੱਲ ਤੁਸੀਂ ਕਿੱਡੀ ਵੱਡੀ ਬਣਾ ਲੈਨੇ ਆ ਤੇ ਤੁਹਾਨੂੰ ਇਹ ਗੱਲਾਂ ਸੋਚਣੀਆਂ ਪੈਣਗੀਆਂ ਜਮਾਨਾ ਬਦਲ ਰਿਹਾ ਬਹੁਤ ਚੇਂਜ ਆ ਗਈ ਹੈ ਇੱਕ ਪੱਖ ਸਾਹਮਣੇ ਹੁੰਦਾ ਸੀ ਹੁਣ ਦੂਜਾ ਪੱਖ ਵੀ ਸਾਹਮਣੇ ਆ ਜਾਂਦਾ ਸੋ ਇਸ ਕਰਕੇ ਜੀਓ ਭਰਾਵੋ ਤੇ ਜੀਣ ਦਿਓ ਲੋਕਾਂ ਨੂੰ ਪੜਕਾਓ ਨਾ ਲੋਕਾਂ ਨੂੰ ਕਲੀਅਰ ਰੱਖੋ ਸਮਝਦਾਰ ਹੋ ਲੈਣ ਦਿਓ ਅਕਲ ਵਾਲੇ ਹੋ ਲੈਣ ਦਿਓ ਕਿਸਾਨਾਂ ਨੇ ਮੋਰਚਾ ਲਾਇਆ ਸ਼ਾਂਤੀ ਨਾਲ ਲੱਗਾ ਰਹਿਣ ਦਿਓ ਪੜਕਾਉਣ ਵਾਲੇ ਕੰਮ ਨਾ ਕਰੋ ਉਹਨਾਂ ਬੰਦਿਆਂ ਨੇ ਕਿੰਨੇ ਕਿੰਨੇ ਸਾਲ ਮਿਹਨਤ ਕੀਤੀ ਸੀ ਉਹਨਾਂ ਨੂੰ ਆਪਣਾ ਕੰਮ ਕਰ ਲੈਣ ਦਿਓ ਵਿੱਚ ਅਸੀਂ ਵੜਦੇ ਆਂ ਸਾਥ ਜਾਂ ਤੇ ਦੇਣਾ ਨਹੀਂ ਜੇ ਦੇਣਾ ਤੇ ਆਪਣੀਆਂ ਸ਼ਰਤਾਂ ਨਾਲ ਦੇਣਾ ਜਾਂ ਤੇ ਕਹਿੰਦੇ ਆ ਸਾਨੂੰ ਨਾਲ ਰੱਖੋ ਨਾਲ ਜੇ ਅਗਲਾ ਰੱਖ ਲੈਂਦਾ ਫਿਰ ਅਸੀਂ ੱੱਕਾ ਕਰਦੇ ਆਂ ਜਾ ਕੇ ਆਪਣੀ ਮਰਜ਼ੀ ਦੇ ਫੈਸਲੇ ਕਰਦੇ ਆਂ ਉਹਨਾਂ ਦੇ ਅੰਡਰ ਵੀ ਨਹੀਂ ਚੱਲਣਾ ਤੇ ਜੇ ਅਗਲੇ ਨਾਲ ਨਹੀਂ ਰੱਖਦੇ ਫਿਰ ਅਸੀਂ ਉਹਨਾਂ ਨੂੰ ਵਿਰੋਧੀ ਗਦਾਰ ਕਹਿ ਦੇਵਾਂਗੇ ਤੇ ਜੀ ਪੰਥ ਦੋਖੀ ਨੇ ਸੋ ਇਦਾਂ ਦੇ ਫੈਸਲੇ ਕਰਨੇ ਭਰਾਵੋ ਛੱਡੋ ਆਪਣੇ ਆਪ ਨੂੰ ਸਮਝਦਾਰ ਬਣੋ ਤੇ ਐਂਦਾ ਦੇ ਦੋਸ਼ ਲਾਉਣੇ ਵੀ ਛੱਡ ਦਿਓ ਜਮਾਨਾ ਬਦਲ ਗਿਆ ਹੈ ਅੱਜ ਸਾਰੀਆਂ ਗੱਲਾਂ ਲੋਕਾਂ ਦੇ ਸਾਹਮਣੇ ਆ ਜਾਂਦੀਆਂ ਮੈਂ ਤਾਂ ਇੰਨੀ ਕੀ ਗੱਲ ਕਹਿਣ ਵਾਸਤੇ ਆਪ ਸੰਗਤਾਂ ਨੂੰ ਬੇਨਤੀ ਕਰਦਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਸੜ ਜੈਗੀ ਜਬਾਨ ਜਿੱਦਾਂ ਅਸੀਂ ਇਹ ਗੱਲ ਕਵਾਂਗੇ ਗੁਰੂ ਗ੍ਰੰਥ ਸਾਹਿਬ ਜੀ ਦੇ ਕਰਕੇ ਮੈਂ ਕਹਿ ਲਾਂ ਵੀ ਸਾਡੀ ਜਿੰਦ ਜਾਨ ਗੁਰੂ ਗ੍ਰੰਥ ਸਾਹਿਬ ਨੇ ਆਪਣਾ ਸਾਰਾ ਕੁਝ ਗੁਰੂ ਗ੍ਰੰਥ ਸਾਹਿਬ ਦੇ ਨਾਲ ਲਵਾਇਆ ਉਹਨਾਂ ਦੀ ਵਿਚਾਰਤਾਰਾ ਉਹਨਾਂ ਦੀ ਸੋਚ ਕਰਕੇ ਅੱਜ ਸਟੇਜਾਂ ਛੱਡ ਦਿੱਤੀਆਂ ਵੀ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਲੌਜੀਕਲ ਸਮਝਦਾ ਪ੍ਰੈਕਟੀਕਲੀ ਸਮਝਣਾ ਚਾਹੁੰਨਾ ਇਹ ਬੰਦੇ ਹੋਰ ਤਰ੍ਹਾਂ ਸਮਝਦੇ ਐ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਹੋਰ ਤਰ੍ਹਾਂ ਸਮਝਦੇ ਐ ਮੈਂ ਸਟੇਟਮੈਂਟ ਇਹਨਾਂ ਦੀਆਂ ਸੁਣਨਾ ਹੁੰਦਾ ਗੁਰੂ ਗ੍ਰੰਥ ਸਾਹਿਬ ਜੀ ਇਹ ਭਾਈ ਸਪਿਰਚੁਅਲਿਟੀ ਅਧਿਆਤਮਕਤਾ ਦਾ ਮਾਰਗ ਹੈ ਇਹ ਸ਼ਰਧਾ ਦਾ ਮਾਰਗ ਹੈ ਤਰਕ ਨੂੰ ਇੱਥੇ ਕੋਈ ਥਾਂ ਨਹੀਂ ਤਰਕ ਦੀ ਕਸਵੱਟੀ ਉੱਤੇ ਗੱਲ ਨਹੀਂ ਸੋਚਣੀ ਚਾਹੀਦੀ ਭਰਾਵਾ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਪਖੰਡ ਦੇ ਉੱਤੇ ਤਰਕ ਕਰਦੀ ਏ ਜੋ ਉਸ ਵੇਲੇ ਪੁਜਾਰੀ ਨੇ ਗੰਦ ਪਾਇਆ ਸੀ ਉਹਦੇ ਤੇ ਗੁਰੂ ਸਾਹਿਬ ਨੇ ਤਰਕਾਂ ਕੀਤੀਆਂ ਹਲਾ ਕੇ ਰੱਖ ਦਿੱਤੇ ਸਾਰੇ ਮਲਾਣੇ ਸਾਰੇ ਕਾਜੀ ਸਾਰੇ ਪੰਡਤ ਜਿਹੜੇ ਉਹਨਾਂ ਵੇਲਿਆਂ ਚ ਲੋਕਾਂ ਨੂੰ ਬੁੱਧੂ ਬਣਾ ਰਹੇ ਸੀ ਧੋਗ ਕਰਦੇ ਸੀ ਲੁੱਟਦੇ ਸੀ ਲੋਕਾਂ ਨੂੰ ਸੋਚੈ ਸੋਚਣਾ ਹੋਵੇ ਜੇ ਸੋਚੀਨ ਲੱਖ ਵਾਰ ਇਹ ਤਰਕ ਨਹੀਂ ਚੁੱਪੈ ਚੁੱਪ ਨਾ ਹੋ ਵੀ ਜੇ ਲਾਇ ਰਹਾ ਲਿਬਤਾ ਰੱਖਾ ਬੰਦ ਕਰਕੇ ਐ ਇੱਕ ਤੱਕ ਸਮਾਧੀ ਲਾ ਕੇ ਬਹਿ ਜਾ ਨਾ ਇਦਾਂ ਮਨ ਨਹੀਂ ਚੁੱਪ ਹੁੰਦਾ ਇਹ ਤਰਕ ਨਹੀਂ ਭੁਖਿਆ ਭੁਖ ਨਾਲ ਉਤਰੀ ਜੇ ਬੰਨਾਪੁਰੀਆਂ ਭਾਰ ਇਹ ਵਰਤ ਰੱਖਣ ਵਾਲਿਆਂ ਤੇ ਤਰਕ ਨਹੀਂ ਪਾਸ਼ਾ ਨੇ ਜਗਾ ਜਗਾ ਉੱਤੇ ਕਾਦੀ ਕੂਡ ਬੋਲਮਲ ਖਾਏ ਬ੍ਰਾਹਮਣ ਨਾਵੇ ਜੀਆਂ ਖਾਏ ਜੋਗੀ ਜੁਗਤ ਨਾ ਜਾਣੇ ਅੰਧ ਤੀਨੇ ਓ ਜਾੜੇ ਕਾ ਬੰਦ ਗੱਲੀ ਜਿੰਨਾ ਜੱਪ ਮਾਲ ਲੀਆਂ ਲੋਟੇ ਹੱਥ ਨੇ ਬਾਗੋ ਹਰ ਕੇ ਸੰਤਨਾਖੀਏ ਬਾਨਾਰਸ ਕੇ ਠੱਗ ਇਹ ਤਰਕਾਂ ਨਹੀਂ ਪਾਸ਼ਾ ਨੇ ਤਰਕ ਦੇ ਰਾਹ ਉੱਤੇ ਚੱਲ ਕੇ ਕਿਹਾ ਸੱਚ ਨੂੰ ਤਰਕ ਦੀ ਕਸਵੱਟੀ ਨਾਲ ਪਰਖ ਲਿਓ ਤਰਕ ਦੀ ਕਸਵੱਟੀ ਦੇ ਨਾਲ ਸੱਚ ਨੂੰ ਪਰਖਿਓ ਐਦਾਂ ਹੀ ਨਹੀਂ ਮੰਨ ਲੈਣਾ ਬਲਾਈਂਡ ਫੇਥ ਨਹੀਂ ਅੱਖਾਂ ਬੰਦ ਕਰਕੇ ਭਰੋਸਾ ਨਹੀਂ ਕਰਨਾ ਪਹਿਲਾਂ ਉਹਨੂੰ ਸੋਧ ਲੈਣਾ ਸੱਚ ਨੂੰ ਤਰਕ ਦੀ ਕਸਵੱਟੀ ਨਾਲ ਸੋਧ ਲੈਣਾ ਗਿਆਨ ਨੂੰ ਸੋਧ ਲੈਣਾ ਜਿਹੜੀ ਗੱਲ ਵੀ ਸਮਝਣੀ ਹੈ ਸੋ ਇਸ ਕਰਕੇ ਅੱਖਾਂ ਬੰਦ ਕਰਕੇ ਭਰੋਸਾ ਨਾ ਕਰੋ ਮੈਂ ਵੀਰਾ ਭਰਾਵਾਂ ਨੂੰ ਤਾਂ ਕਹਿੰਨਾ ਇਹ ਛੋਟੀ ਜੀ ਗੱਲ ਨਹੀਂ ਕਿਸੇ ਪ੍ਰਚਾਰਕ ਨੂੰ ਇਹ ਕਹਿ ਦੇਣਾ ਉਹ ਜੀ ਕਿਤਾਬ ਕਹਿੰਦਾ ਯਾਰੋ ਅੱਗੇ ਤੁਸੀਂ ਜਥੇਦਾਰਾਂ ਕੋਲ ਪੇਸ਼ ਹੋ ਗਏ ਸੁਣੋ ਨਾ ਜੀ ਛੇਰ ਨਾ ਜੀ ਕਰੋ ਮੈਂ ਸਟੇਜਾਂ ਛੱਡੀਆਂ ਨੂੰ ਫਰਵਰੀ ਦੀਆਂ ਮੈਂ ਦੀਵਾਨ ਛੱਡ ਤੇ ਛੱਡੋ ਯਾਰ ਅਸੀਂ ਨਹੀਂ ਕਰਨਾ ਪਰ ਅਜੇ ਵੀ ਤੁਹਾਨੂੰ ਸ਼ਾਂਤੀ ਨਹੀਂ ਆਉਂਦੀ ਅਜੇ ਵੀ ਤੁਹਾਡੇ ਦਿਲ 'ਚ ਸਕੂਨ ਨਹੀਂ ਅਜੇ ਵੀ ਪੜਕਾ ਹਟ ਪੈਦਾ ਜੇ ਵੀ ਟਡਰੀਆਂ ਵਾਲਾ ਚੁਬਦਾ ਰਹਿੰਦਾ ਤੁਹਾਨੂੰ ਸੋ ਇਸ ਕਰਕੇ ਸੁਣਤੇ ਲਿਆ ਕਰੋ ਤੁਸੀਂ ਤਿੰਨ ਤਿੰਨ ਘੰਟੇ ਦੇ ਦੀਵਾਨ ਕਿਤੇ 15 20 ਦਿਨ ਬੈਠ ਕੇ ਸੁਣਤੇ ਲਓ ਵੀ ਟਡਰੀਆਂ ਵਾਲਾ ਸੋਚਦਾ ਕਿਦਾਂ ਮੈਂ ਦਾਅਵੇ ਨਾਲ ਇਹ ਗੱਲ ਕਹਿਨਾ ਲਗਾਤਾਰ ਪਿਛਲਾ 1 ਸਾਲ ਲੰਘਿਆ 2020 ਲੋਕਡਾਊਨ ਰਿਹਾ ਸਾਡੇ ਦੀਵਾਨ ਸਾਰੇ ਨੈਟ ਤੇ ਪਏ ਐ ਲਗਾਤਾਰ ਸੁਣ ਲਓ ਜੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਤੁਹਾਡਾ ਪਿਆਰ ਨਾ ਵਧਿਆ ਮੈਨੂੰ ਫੜ ਲਿਓ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਵਧੇਗਾ ਘਟੇਗਾ ਨਹੀਂ ਮੇਰੀ ਗਰੰਟੀ ਹੈ ਹਾਂ ਪਹਿਲਾਂ ਹੋਰ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਨੂੰ ਵੇਖਦੇ ਸੀ ਹੁਣ ਹੋਰ ਤਰ੍ਹਾਂ ਵੇਖਣ ਲੱਗ ਜਾਓਗੇ ਪਿਆਰ ਪਹਿਲਾਂ ਵੀ ਕਰਦੇ ਸੀ ਪਹਿਲਾਂ ਅੱਖਾਂ ਬੰਦ ਕਰਕੇ ਜਿੱਦਾਂ ਇਹ ਦੱਸਦੇ ਸੀ ਸਿਰ ਹਿਲਾਏ ਜਾਂਦੇ ਸੀ ਹੁਣ ਪਿਆਰ ਗੁਰੂ ਗ੍ਰੰਥ ਨਾਲ ਪੈਗਾ ਤੇ ਨਜ਼ਾਰਾ ਆ ਜਾਏਗਾ ਫੀਲਿੰਗ ਬਣੇਗੀ ਮਹਾਰਜ ਕੋਲ ਜਾ ਕੇ ਹਿੰਮਤ ਆਏਗੀ ਉਤਸ਼ਾਹ ਆਏਗਾ ਚਾਹ ਪੈਦਾ ਹੋਏਗਾ ਕਲੀਅਰ ਤੇ ਸਪਸ਼ਟ ਗੱਲ ਕਰਨੀ ਸਿੱਖੋ ਗੋਲ ਮੋਲ ਕਰਕੇ ਸਾਰੇ ਪੱਖ ਨਹੀਂ ਰੱਖੀਦੇ ਸਿੱਧੀ ਤੇ ਸਪਸ਼ਟ ਗੱਲ ਕਰੀ ਦੀ ਐ ਇਹ ਮੇਰੀ ਆਪ ਸਾਰਿਆਂ ਨੂੰ ਬੇਨਤੀ ਐ ਤੇ ਤਾਂ ਕਹਿਣ ਲੱਗਿਆਂ ਵੀਰੋ ਸਿਰ ਫਿਰੇ ਨੇ ਤੇ ਜੇ ਕਿਸੇ ਨੇ ਸੁਣ ਲਈ ਗੱਲ ਵਿੱਚ ਦੀਪ ਸਿੱਧੂ ਪਿੰਡ ਚ ਬੋਲੇ ਤੇ ਵਿੱਚ ਬੈਠਾ ਸੁਣੋ ਨੇ ਕਹਿੰਦਾ ਢੱਡਰੀਆਂ ਵਾਲੇ ਦਾ ਕਤਲ ਕਰੋ ਖਤਮ ਕਰੋ ਓਏ ਕਿਤਾਬ ਖਿੰਦਾ ਓਏ ਗੁਰੂ ਗ੍ਰੰਥ ਸਾਹਿਬ ਨੂੰ ਐਦਾਂ ਬੋਲਦਾ ਇਹਦਾ ਸ਼ੁਕਰ ਆ ਯਾਰ ਉਹ ਆ ਹੈਗਾ ਸੀ ਨੈਟ ਨਹੀਂ ਤੇ ਤੁਸੀਂ ਹੁਣ ਨੂੰ ਮੈਨੂੰ ਕਦੋਂ ਦਾ ਮਾਰ ਮਕਾ ਕੇ ਕਿਤੇ ਦੱਬਿਆ ਹੋਣਾ ਸੀ ਤੇ ਲੋਕਾਂ ਨੇ ਪੁੱਛਣਾ ਸੀ ਕਹਿਣਾ ਸੀ ਉਹ ਤੇ ਗੁਰੂ ਗ੍ਰੰਥ ਸਾਹਿਬ ਜੀ ਪਤਾ ਨਹੀਂ ਕਿੰਨੀ ਕਿ ਬੇਦਬੀ ਤੁਸੀਂ ਕਹਿ ਦੇਣਾ ਸੀ ਲੋਕਾਂ ਨੇ ਕਿਹੜਾ ਆ ਕੇ ਵੇਖਣਾ ਸੀ ਸ਼ੁਕਰ ਹੈ ਅੱਜ ਦੇ ਯੁੱਗ ਵਿੱਚ ਹਾਂ ਤੇ ਸਾਡੀ ਗੱਲ ਵੀ ਲੋਕਾਂ ਚ ਪਹੁੰਚ ਜਾਂਦੀ ਹੈ ਟੰਡਰੀਆਂ ਵਾਲੇ ਦੀ ਇਹਨਾਂ ਗੱਲਾਂ ਤੋਂ ਬਾਅਦ ਇੱਕ ਵਾਰ ਫੇਰ ਤੋਂ ਦੀਪ ਸਿੱਧੂ ਹੋਏ ਲਾਈਵ ਉਸ ਲਾਈਵ ਦੇ ਦੌਰਾਨ ਦੀਪ ਸਿੱਧੂ ਨੇ ਡਾਇਰੈਕਟ ਨਹੀਂ ਪਰ ਇਨਡਾਇਰੈਕਟਲੀ ਇਹਨਾਂ ਗੱਲਾਂ ਦਾ ਦਿੱਤਾ ਜਵਾਬ ਜਿਹੜੀ ਬਾਬਾ ਢੱਡਰੀਆਂ ਵਾਲੇ ਆ ਉਹਨਾਂ ਬਾਰੇ ਗੱਲ ਕਹੀ ਸੀ ਉਹਨਾਂ ਨੂੰ ਮੈਂ ਇੱਕ ਹੋਰ ਬੇਨਤੀ ਕਰਦਾ ਵੀ ਤੁਸੀਂ ਸਿੱਖ ਪ੍ਰਚਾਰਕੋਂ ਤੁਹਾਡੇ ਨਾਲ ਆਰਗਿਊ ਕਰਦਾ ਤਾਂ ਮੈਂ ਸੋਭਦਾ ਹੀ ਨਹੀਂ ਤੁਹਾਨੂੰ ਤਾਂ ਬੜਾ ਪਤਾ ਹੋਣਾ ਚਾਹੀਦਾ ਸੀ ਤੁਸੀਂ ਜਿਹੜੀ ਅਧਿਆਤਮ ਨੂੰ ਮਨੁੱਖੀ ਬੁੱਧੀ ਦੇ ਥਰੂ ਐਕਸਪਲੇਨ ਕਰਦੇ ਹੋ ਨਾ ਤੁਹਾਡੇ ਬਹੁਤ ਵੀਡੀਓਜ਼ ਪਈਆਂ ਤੁਸੀਂ ਪਲੀਜ਼ ਆਪ ਜਾ ਕੇ ਦੇਖੋ ਅਧਿਆਤਮ ਨੂੰ ਤੇ ਗਿਆਨ ਨੂੰ ਸਿਰਫ ਤੁਸੀਂ ਦਿਮਾਗ ਤੱਕ ਵੀ ਦਿਮਾਗ ਚ ਗਿਆਨ ਗ੍ਰਹਿਣ ਕਰੋ ਇੱਥੋਂ ਤੱਕ ਸੀਮਤ ਕਰਦੇ ਹੋ ਗਿਆਨ ਤਾਂ ਆਤਮਾ ਨਾਲ ਸਬੰਧ ਹੁੰਦਾ ਤੇ ਅਧਿਆਤਮ ਦਾ ਸਬੰਧ ਵੀ ਆਤਮਾ ਨਾਲ ਆ ਸੋ ਇਸ ਕਰਕੇ ਤੁਸੀਂ ਜਿਸ ਤਰ੍ਹਾਂ ਵੀ ਗੁਰੂ ਜਿਹੜਾ ਤੇ ਗਿਆਨ ਕੀ ਹੈ ਇੱਕ ਇੱਕ ਜਿਹੜਾ ਅਸੀਂ ਅੱਜ ਪੂਜੀ ਜਾਂਦੇ ਆ ਜਿਹਨੂੰ ਉਹ ਤਾਂ ਜ਼ਰੀਆ ਤੇ ਗਿਆਨ ਗੁਰੂ ਆ ਤੇ ਗਿਆਨ ਨੂੰ ਤਾਂ ਇੱਥੇ ਦਿਮਾਗ 'ਚ ਅਸੀਂ ਸਮਝਣਾ ਹੁੰਦਾ ਨਹੀਂ ਅਧਿਆਤਮ ਦੀਆਂ ਗੱਲਾਂ ਜਿਹੜੀਆਂ ਉਹ ਬੜੀਆਂ ਵੱਖਰੀਆਂ ਹੁੰਦੀਆਂ ਅਧਿਆਤਮ ਦੀਆਂ ਗੱਲਾਂ ਵਿਆਖਿਆ ਤੋਂ ਵੀ ਪਰਾਂ ਦੀਆਂ ਹੁੰਦੀਆਂ ਉਹ ਤਾਂ ਰੂਹਾਂ ਦੇ ਰਿਸ਼ਤੇ ਆ ਤੇ ਰੂਹਾਂ ਦੀ ਗੱਲ ਅਸੀਂ ਦਿਮਾਗ ਤੱਕ ਨਹੀਂ ਸੀਮਤ ਕਰ ਸਕਦੇ ਮਨੁੱਖੀ ਬੁੱਧੀ ਤੱਕ ਸੀਮਤ ਨਹੀਂ ਕਰ ਸਕਦੇ ਤੁਹਾਨੂੰ ਇਹਨਾਂ ਗੱਲਾਂ ਬਾਰੇ ਜ਼ਿਆਦਾ ਪਤਾ ਸੋ ਐਸੇ ਕਰਕੇ ਜੇ ਮੈਂ ਤੁਹਾਡੇ ਨਾਲ ਇਹ ਗੱਲ ਕਰ ਰਿਹਾ ਤਾਂ ਮੈਂ ਦੁਬਾਰਾ ਕਹਿਣਾ ਵੀ ਮੈਂ ਤੁਹਾਡੇ ਨਾਲ ਆਰਗੂ ਕਰਦਾ ਸੋਭਦਾ ਨਹੀਂ ਇੱਕ ਨਾ ਤੁਸੀਂ ਸਰਕਾਰ ਦੀਆਂ ਐਣਕਾਂ ਲਾ ਕੇ ਪਾਸੇ ਰੱਖੋ ਸਰਕਾਰ ਜਿਵੇਂ ਗੱਲਾਂ ਨੂੰ ਦੇਖਦੀ ਆ ਜਾਂ ਡਿਫਾਈਨ ਕਰਦੀ ਆ ਉਸ ਤਰ੍ਹਾਂ ਤੁਸੀਂ ਗੁਰੂ ਨੂੰ ਤੇ ਗਿਆਨ ਨੂੰ ਡਿਫਾਈਨ ਨਾ ਕਰੋ ਜਾਂ ਜਿਵੇਂ ਤੁਸੀਂ ਕਿਹਾ ਵੀ ਇਹ ਗਰਮ ਖਿਆਲ ਹੀ ਨਹੀਂ ਮੈਂ ਤੁਹਾਨੂੰ ਬਾਬਾ ਜੀ ਗੱਲ ਇਹ ਕਹਿਣਾ ਬੇਨਤੀ ਕਰਦਾ ਵੀ ਗਰਮ ਖਿਆਲੀ ਕੁਝ ਨਹੀਂ ਹੁੰਦਾ ਨਰਮ ਖਿਆਲੀ ਵੀ ਕੁਝ ਨਹੀਂ ਹੁੰਦਾ ਕਈ ਬੰਦਿਆਂ ਨੇ ساری ਉਮਰ ਛੋਟੀ ਨਹੀਂ ਕਿਸੇ ਦੇ ਮਾਰੀ ਹੁੰਦੀ ਉਹ ਬੜੇ ਵੱਡੇ ਯੋਦੇ ਬਣ ਜਾਂਦੇ ਆ ਹਨਾ ਉਹ ਸਰਕਮਸਟਾਂਸਸ ਕੀ ਆ ਸਿਚੁਏਸ਼ਨ ਕੀ ਆ ਉਹਨਾਂ ਦਾ ਪ੍ਰੇਰਣਾ ਦਾ ਸਰੋਤ ਕੀ ਆ ਇਹ ਗੱਲ ਡਿਸਾਈਡ ਕਰਦੀ ਆ ਵੀ ਉਸ ਵੇਲੇ ਉਹ ਗਰਮ ਖਿਆਲੀ ਆ ਕਿ ਨਰਮ ਖਿਆਲੀ ਆ ਸੋ ਇਹ ਤਾਂ ਸਰਕਾਰ ਦੀਆਂ ਬਣਾਈਆਂ ਹੋਈਆਂ ਇੱਕ ਕੰਪਾਰਟਮੈਂਟਲਾਈਜੇਸ਼ਨ ਕੀਤੀ ਹੋਈ ਆ ਸਰਕਾਰ ਦੀ ਜਾਂ ਜਿਹੜਾ ਸਟੇਟ ਆ ਇਹ ਉਹਨਾਂ ਦੀ ਕੰਪਾਰਟਮੈਂਟਲਾਈਜ਼ੇਸ਼ਨ ਜਾਂ ਉਹਨਾਂ ਦੀ ਬਾਈਨਰੀਜ਼ ਜਾਂ ਧਿਰਾਂ ਕ੍ਰੀਏਟ ਕੀਤੀਆਂ ਹੋਈਆਂ ਵੀ ਆ ਫਲਾਨਾ ਨਰਮ ਖਿਆਲੀ ਆ ਤੇ ਆ ਗਰਮ ਖਿਆਲੀ ਆ ਆਦਰਵਾਈਜ਼ ਸਰਕਮਸਟਾਂਸਸ ਡਿਸਾਈਡ ਕਰਦੇ ਆ ਬੰਦੇ ਦਾ ਬਿਹੇਵੀਅਰ ਕੀ ਆ ਤੇ ਉਸ ਬਿਹੇਵੀਅਰ ਦੇ ਨਾਲ ਤੁਸੀਂ ਐਕਸ਼ਨ ਕੀ ਲੈ ਰਹੇ ਹੋ ਸੋ ਮੇਰੀ ਬੇਨਤੀ ਇੰਨੀ ਆ ਜਿਸ ਤਰ੍ਹਾਂ ਤੁਸੀਂ ਆ ਨਵੇਂ ਗਿਆਨ ਵਿਗਿਆਨ ਜਾਂ ਮਾਡਰਨ ਐਜੂਕੇਸ਼ਨ ਦੇ ਥਰੂ ਅਧਿਆਤਮ ਨੂੰ ਗੁਰੂ ਨੂੰ ਤੇ ਗਿਆਨ ਨੂੰ ਡਿਫਾਈਨ ਕਰਦੇ ਹਾਂ ਇਹਦੇ ਬਾਰੇ ਤੁਹਾਨੂੰ ਇੱਕ ਵਾਰੀ ਦੁਬਾਰਾ ਆਪ ਸੋਚਣਾ ਚਾਹੀਦਾ ਜੀ ਤੀਜੀ ਗੱਲ ਜਿਹੜੀ ਬੜੀ ਜ਼ਰੂਰੀ ਹੈ ਇੱਕ ਹੋਰ ਗੱਲ ਆਪਣੀ ਕਰਨੀ ਆ ਵੀ ਅੱਜ ਤੱਕ ਮੈਂ ਇਹ ਕਹਿੰਦਾ ਆ ਰਿਹਾ ਸੰਘਰਸ਼ ਸਾਡਾ ਸਾਂਝਾ ਅਸੀਂ ਇਕੱਠੇ ਹੋ ਕੇ ਲੜੀਏ ਚਲੋ ਪੁਰਾਣੀਆਂ ਗੱਲਾਂ ਜੋ ਹੋ ਗਈਆਂ ਉਹਦੇ ਤੇ ਮਿੱਟੀ ਪਾਈਏ ਇਕੱਠੇ ਹੋ ਕੇ ਲੜੀਏ ਏਕੇ ਵਿੱਚ ਰਹਿ ਕੇ ਲੜੀਏ ਤੁਸੀਂ ਵੇਖੋ ਡਿਬਡਵਾ ਸਾਹਿਬ ਨਵਰੀਤ ਨੇ ਆਪਦੀ ਜਾਨ ਵਾਰ ਗਿਆ ਉਹ ਡਿਬਡਵਾ ਸਾਹਿਬ ਵੀ ਉਥੋਂ ਸੰਘਰਸ਼ ਤੋਂ ਉਹਨਾਂ ਦਾ ਦਿਲ ਟੁੱਟਿਆ ਉਹ ਮੈਨੂੰ ਐਂ ਲੱਗਦਾ ਇਹ ਮੇਰੀ ਅੰਡਰਸਟੈਂਡਿੰਗ ਆ ਹੋ ਸਕਦਾ ਮੈਂ ਗਲਤ ਵੀ ਹੋਵਾਂ ਪਰ ਉਹ ਸੰਘਰਸ਼ ਤੋਂ ਪਾਸੇ ਹੋ ਗਏ ਜਾਂ ਕੀਤੇ ਗਏ ਜਿਹੜੇ ਬੰਦੇ ਜਿਨ੍ਹਾਂ ਦੇ ਪਰਿਵਾਰ ਜਾਨ ਮਾਰ ਗਏ ਆਪਦੀ ਵਾਰਗੇ ਸੰਘਰਸ਼ ਤੋਂ ਜਿਨ੍ਹਾਂ ਨੇ ਕੁਰਬਾਨੀਆਂ ਕਰਤੀਆਂ ਅਸੀਂ ਉਹਨਾਂ ਨੂੰ ਕਿਵੇਂ ਦਰਕਿਨਾਰ ਕਰ ਸਕਦੇ ਹਾਂ ਤਾਂ ਸੋ ਇੱਕੇ ਚ ਰਹਿ ਕੇ ਇਕੱਠੇ ਹੋ ਕੇ ਅਸੀਂ ਸੰਘਰਸ਼ ਲੜੀਏ ਅੱਜ ਸਾਡੇ ਕਿਸੇ ਬੰਦੇ ਤੇ ਅੱਜ ਮੈਂ ਜਿਵੇਂ ਲਖੇ ਦੇ ਘਰੇ ਜਾ ਕੇ ਮਾਤਾ ਨੂੰ ਤੇ ਬਾਪੂ ਜੀ ਨੂੰ ਮਿਲ ਕੇ ਆਇਆ ਸਿਰਫ ਪਰਿਵਾਰ ਨੂੰ ਇੱਕੋ ਹੀ ਗੱਲ ਕਹਿ ਕੇ ਆਇਆ ਵੀ ਅਸੀਂ ਐਜ਼ ਅ ਫੈਮਲੀ ਤੁਹਾਡੇ ਨਾਲਾਂ ਜੀ ਇਹ ਗੱਲਾਂ ਆਪਾਂ ਨੂੰ ਨਜਿੱਠਣੀਆਂ ਪੈਣੀਆਂ ਇਕੱਠੇ ਰਲ ਮਿਲ ਕੇ ਨਜਿੱਠਣੀਆਂ ਪੈਣੀਆਂ ਸੋ ਕੋਈ ਗੱਲ ਨਹੀਂ ਜੇ ਕੱਲ ਨੂੰ ਕੋਈ ਭੀੜ ਪੈਂਦੀ ਆ ਤਾਂ ਮੈਂ ਸਿਰਫ ਇੱਕ ਫੋਨ ਕਾਲ ਆਵੇ ਆ ਤੇ ਤੁਸੀਂ ਜਦੋਂ ਵੀ ਮੇਰੇ ਨਾਲ ਕਿਸੇ ਵੀ ਤਰ੍ਹਾਂ ਗੱਲ ਕਰ ਸਕਦੇ ਹੋ ਤੇ ਬਾਕੀ ਮੈਂ ਉਹ ਸਾਰੇ ਪ੍ਰੋਸੈਸ ਚੋਂ ਨੰਗੇ ਆ ਹਜੇ ਲੱਖੇ ਨੇ ਫੇਸ ਕਰਨਾ ਜਾਂ ਤਾਂ ਬਾਰ ਬਾਰ ਗੱਲ ਨਿਬੜਦੀ ਆ ਤਾਂ ਬੜੀ ਵਧੀਆ ਗੱਲ ਆ ਪ੍ਰਮਾਤਮਾ ਆਕਾਲ ਪੁਰਖ ਵਾਹਿਗੁਰੂ ਜਿਹੜਾ ਉਹ ਮਿਹਰ ਕਰਦੇ ਜੇ ਨਹੀਂ ਨਿਬੜਦੀ ਤਾਂ ਆਪਾਂ ਨਾਲ ਖੜੇ ਆ ਸੋ ਤਿੰਨ ਚਾਰ ਜਿਹੜੀਆਂ ਗੱਲਾਂ ਆਪਣੀਆਂ ਕਰਨੀਆਂ ਬੜੀਆਂ ਜ਼ਰੂਰੀ ਸੀ ਇੱਕ ਤਾਂ ਮੈਂ ਕੋਈ ਪਾਰਟੀ ਨਹੀਂ ਜੁਆਇਨ ਕਰ ਰਿਹਾ ਦੂਜਾ ਹਰਿਆਣੇ ਤੇ ਪੰਜਾਬ ਚ ਬਹੁਤ ਗੂੜੀ ਸਾਂਝ ਆ ਤੇ ਉਸ ਸਾਂਝ ਨੂੰ ਅਸੀਂ ਹੋਰ ਗੂੜਾ ਕਰਨਾ ਅਸੀਂ ਇੱਕ ਦੂਜੇ ਦੇ ਪੂਰਕਾਂ ਇੱਕ ਦੂਜੇ ਤੋਂ ਵੱਖ ਨਹੀਂ ਹੋ ਸਕਦੇ ਕਦੇ ਵੀ ਤੇ ਸਾਨੂੰ ਹਰਿਆਣੇ ਵਾਲੇ ਬਾਈਆਂ ਤੇ ਸਾਡਿਆਂ ਤੇ ਮਾਣ ਤੇ ਹਮੇਸ਼ਾ ਹੀ ਰਹੂਗਾ ਤੀਜਾ ਬੱਬੂ ਮਾਨ ਨਾਲ ਮੇਰਾ ਕੋਈ ਨਿੱਜੀ ਵੈਰ ਵਿਰੋਧ ਨਹੀਂ ਆ ਉਹ ਗੱਲ ਸਿਧਾਂਤਕਾਂ ਗੱਲ ਜ਼ਮੀਰਾਂ ਦੀ ਆ ਉਹ ਜਦੋਂ ਬਿਆਨ ਦੇਣ ਤਾਂ ਉਹ ਡਟ ਕੇ ਸਪਸ਼ਟ ਰੂਪ ਚ ਬਿਆਨ ਦੇਣ ਤੁਸੀਂ ਆਪ ਇਸ ਗੱਲ ਦਾ ਫੈਸਲਾ ਕਰ ਸਕਦੇ ਹੋ ਜੇ ਮੈਂ ਕੋਈ ਗਲਤ ਗੱਲ ਕਹੀ ਹੋਵੇ ਚੌਥੀ ਜਿਹੜੇ ਢੱਡਰੀਆਂ ਵਾਲੇ ਬਾਬੇ ਆ ਉਹਨਾਂ ਨੇ ਜਿਸ ਤਰ੍ਹਾਂ ਧਰਮ ਨੂੰ ਜਿਸ ਤਰ੍ਹਾਂ ਗੁਰੂ ਨੂੰ ਗਿਆਨ ਨੂੰ ਅਧਿਆਤਮ ਨੂੰ ਡਿਫਾਈਨ ਕੀਤਾ ਉਹ ਇੱਕ ਨਵੇਂ ਗਿਆਨ ਵਿਗਿਆਨ ਤੇ ਇੱਕ ਮਾਡਰਨ ਜਿਹੜੀ ਇਹ এডਿਕੇਸ਼ਨ ਚੱਲ ਰਹੀ ਆ ਉਹ ਸਹਾਰ ਤੇ ਡਿਫਾਈਨ ਕਰੀ ਜਾਂਦੇ ਆ ਪਰ ਇਹ ਗੱਲਾਂ ਜਿਹੜੀਆਂ ਇਹ ਰਮਜ਼ਾਂ ਜਿਹੜੀਆਂ ਇਹਨਾਂ ਨੂੰ ਸਮਝਣ ਵਾਸਤੇ ਮੈਨੂੰ ਐਂ ਲੱਗਦਾ ਵੀ ਉਹ ਵਾਕਈ ਕੋਈ ਬ੍ਰਹਮ ਗਿਆਨੀ ਹੀ ਵਿਆਖਿਆ ਕਰ ਸਕਦਾ ਸਾਡੇ ਕਿੱਥੇ ਵੱਸਦੀ ਗੱਲ ਆ ਸੋ ਉਹਨਾਂ ਨੂੰ ਮੈਂ ਇੱਕ ਵਾਰੀ ਇਹ ਵੀ ਗੱਲ ਕਹਿਣਾ ਵੀ ਬੜੇ ਸੰਗਤ ਦੇ ਮਨਾਂ 'ਚ ਜਦੋਂ ਤੁਸੀਂ ਇਹ ਹੈਜੀਆਂ ਗੱਲਾਂ ਕਰਦੇ ਹੋ ਉਦੋਂ ਉਦੋਂ ਦੁੱਖ ਹੁੰਦਾ ਪਾਰਕ ਉਹ ਕਹਿੰਦਾ ਨਹੀਂ ਤੇ ਮੈਂ ਆ ਕੇ ਇਹ ਗੱਲਾਂ ਛੇੜ ਲੀਆਂ ਇਸ ਲਈ ਮੈਨੂੰ ਬਹੁਤ ਬੰਦੇ ਇਹ ਵੀ ਕਹਿ ਰਹੇ ਆ ਵੀ ਭਾਈ ਐਨੇ ਫਰੰਟ ਇੱਕ ਵਾਰੀ ਖੋਲਤੇ ਯਾਰ ਭਾਈ ਜੀ ਜਦੋਂ ਸਿਧਾਂਤ ਤੇ ਗੱਲ ਆਊਗੀ ਉਦੋਂ ਚਾਹੇ 15 20 100 ਫਰੰਟ ਕਿਹੜਾ ਨਾ ਇਕੱਠੇ ਖੁੱਲ ਜਾਣ ਉਦੋਂ ਸਰਕਾਰ ਨਾਲ ਵੀ ਲੜਾਂਗੇ ਤੇ ਉਹਨਾਂ ਬੰਦਿਆਂ ਨਾਲ ਵੀ ਲੜਾਂਗੇ ਜਿਹੜੇ ਬੰਦੇ ਸਿਧਾਂਤ ਤੇ ਪਹਿਰਾ ਨਹੀਂ ਦਿੰਦੇ ਸੋ ਸਿਧਾਂਤਕ ਵਿਰੋਧਤਾ ਜਾਰੀ ਰਹੂਗੀ ਸਪਸ਼ਟ ਤੇ ਖੁੱਲੇ ਰੂਪ ਚ ਜਾਰੀ ਰਹੂਗੀ ਆਦਰਵਾਇਜ਼ ਨਿੱਜੀ ਤੌਰ ਤੇ ਕਿ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਆ ਸੰਘਰਸ਼ ਅਸੀਂ ਇਕੱਠੇ ਰਹਿ ਕੇ ਲੜੀਏ ਇਕਾ ਹੀ ਸਾਡੀ ਤਾਕਤ ਆ ਤੇ ਉਸੇ ਆਧਾਰ ਤੇ ਅਸੀਂ ਜਿੱਤ ਆਪਦੀ ਉਥੋਂ ਉਥੋਂ ਲੈ ਕੇ ਪੰਜਾਬ ਨੂੰ ਤੇ ਆਪਦੇ ਆਪ ਦੇ ਘਰਾਂ ਨੂੰ ਵਾਪਸ ਆ ਸਕਦੇ ਆ ਜਦ ਵੀ ਕਿਸੇ ਗੱਲ ਦੇ ਵਿੱਚ ਧਾਰਮਿਕ ਪੱਖ ਜੁੜ ਜਾਂਦਾ ਤਾਂ ਉਹ ਕਾਫੀ ਸੈਂਸਿਟਿਵ ਹੋ ਜਾਂਦਾ ਹੁਣ ਇਹਨਾਂ ਗੱਲਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਇਹ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਹੋਰ ਲੇਟੈਸਟ ਅਪਡੇਟਸ ਦੇ ਲਈ ਤੁਸੀਂ ਬਣੇ ਰਹਿਣਾ ਜੀ মিডিਆ ਗਰੁੱਪ ਦੇ ਨਾਲ For all our latest updates, please subscribe G Media Group YouTube channel and press the bell icon.